ਗੁਰਦਾਸ ਮਾਨ ਸਾਹਿਬ ਨੇ ਉਹ ਵੀ ਲਿਵਿੰਗ ਲੈਜੈਂਡ ਹੈ ਜੀ ਉਹਨਾਂ ਨੇ ਬੜੀ ਵਧੀਆ ਤੁਹਾਨੂੰ ਇੱਕ ਗੱਲ ਕਹੀ ਸੀ ਵੀ ਕਲਾਕਾਰਾਂ ਦਾ ਮਿਰਜ਼ਾ ਜੇ ਕੋਈ ਹੈਗਾ ਤਾਂ ਬੱਬੂ ਮਾਨ ਹੈ। ਉਹਨਾਂ ਦਾ ਬੜਾਪਣਾ ਮੈਂ ਮੈਂ ਆਪਣੀ ਆਪਣੀ ਜ਼ਿੰਦਗੀ ਦਾ ਪਹਿਲਾ ਗਾਣਾ ਇੱਕ ਮਾਂ ਹੁੰਦੀ ਹੈ ਮਾਂ ਹਾਂਜੀ ਇੱਕ ਗੁਰਦਾਸ ਭਾਜੀ ਦਾ ਪਹਿਲਾ ਗਾਣਾ ਸੱਜਣਾ ਵੇ ਨਈਓ ਕਦੇ ਝਗੜੇ ਕਰੀਂਦੇ ਉਹ ਤੋਂ ਬਾਅਦ ਉਹ ਜਿਹੜਾ ਸੀ ਟੁੱਟ ਗਈ ਤੜਕ ਕਰਕੇ ਇਹੀ ਗਾਣੇ ਗਾਉਂਦਾ ਹੁੰਦਾ ਹੈ। ਅੱਛਾ ਜੀ ਹਾਂ ਜੀ ਦਿੱਲੀ ਜੈਂਡ ਤਾਂ ਹੈ ਹੀ ਆ ਉਹ ਕਿਉਂਕਿ ਪੰਜ ਵੀ ਗਾਈ ਜਾਂਦੇ ਓਕਣੇ ਸਭ ਤੋਂ ਵੱਧ ਪ੍ਰੋਗਰਾਮ ਸ਼ਾਇਦ ਉਹਨਾਂ ਕੋਲ ਹੀ ਆ ਨਹੀਂ ਵਾਕਈ ਇਹ ਬਾਕੀ ਗੌਣ ਵਾਲੇ ਗੱਪਾਂ ਮਾਰੀ ਜਾਂਦੇ ਮੈਂ 25 ਕਰਦਾ ਮਹੀਨੇ ਦੇ 36 ਕਰਦਾ ਬਕਵਾਸ ਕਰਦਾ ਮਿਲਨ ਦੀ ਇੱਕੋ ਬੰਦਾ ਜਿਹੜਾ ਵੱਧ ਪ੍ਰੋਗਰਾਮ ਕਰਦਾ ਨਹੀਂ ਵਾਕਈ ਜੀ ਵਾਕਈ ਉਹਨਾਂ ਨੇ ਆਪਣਾ ਰਤਬਾ ਜਿਹੜਾ ਹੈਗਾ ਉਦਾਂ ਹੀ ਸਾਦਗੀ ਵਾਲਾ ਤੇ ਸੱਚੀ ਸੋਚੀ ਜਿਹੜੀ ਗਾਇਕੀ ਉਹ ਕਾਇਮ ਰੱਖਿਆ ਹੈ ਗੱਲ ਹੁਣ ਜੋਗਿਆ ਦੀ ਕਰਦੇ ਆ ਜੀ ਆਪਾਂ ਗੱਲਾਂ-ਗੱਲਾਂ ਦੇ ਵਿੱਚ ਜੋਗਿਆ ਨਵਾਂ ਟਰੈਕ ਆਇਆ ਹੈ ਪਹਿਲੀ ਗੱਲ ਇਹ ਮੇਰੇ ਖਿਆਲ ਸੇ ਐਡੀ ਵੱਡੀ ਲੈਂਥ ਦਾ ਜਿਹੜਾ ਗਾਣਾ ਹੈਗਾ ਕਿਨੇ ਆਲਮੋਸਟ 12 ਮੈਂ 25 ਮਿੰਟ ਦਾ ਗਾਣਾ ਲਿਖਿਆ ਹੈ ਅੱਛਾ ਜੀ ਮੈਂ ਤਾਂ ਮੇਰਾ ਰਿਕਾਰਡਿੰਗ ਸਟਾਰਟ ਆਉਣ ਲੱਗ ਗਿਆ ਮੁੰਡਾ ਬਾਹਰ ਨੂੰ ਸਾਡਾ ਸੱਜਣਾ ਹਾਂ ਜੇ ਹੋਰ ਜਿਆਦਾ ਲੰਬਾ ਹੋ ਜਾਊਗਾ ਮੈਂ ਕਹਾਂ ਨਹੀਂ ਸਮਝ ਆ ਨਹੀਂ ਤੁਸੀ ਹਾਂ ਇਹ ਕੁਦਰਤ ਦੀ ਬਖਸ਼ ਹੋਇਆ ਸ਼ਬਦ ਹੈ ਜੀ ਹੈਨਾ ਫੋਕੇ ਤੇ ਜੇ ਜੁੜਦੇ ਨੇ ਆਪਾਂ ਜੋੜ ਦਿੰਨੇ ਆਪਾਂ ਹੋਰ ਜੋੜ ਲਾਂਗੇ ਕਰੋੜਾਂ ਗਾਣੇ ਬਣਿਆ ਸ਼ਬਦ ਕਿਹੜੇ ਮੁੱਕਦੇ ਆ ਸਹੀ ਹੈ ਤੇ ਇਹ ਮੈਂ ਤਾਂ 25 ਮਿੰਟ ਦਾ ਲਿਖਿਆ ਸੀ ਕੀ ਬਾਤ ਹੈ ਜੀ ਮੈਂ ਇੱਕ ਇੱਕ ਕਵਾਲੀ ਲਿਖੀ ਹੈ ਮੈਂ ਹਾਂ ਹਾਂ ਉਹਦੇ ਮੈਂ 18 ਪੇਜ ਲਿਖ ਚੁੱਕਿਆ ਹਾਂ ਅੱਛਾ ਜੀ ਤੇ ਮੈਂ ਸੋਚਦਾ ਵੀ ਸਮਝ ਨਹੀਂ ਆਇਆ ਤਾਂ ਮੁਫਤ ਚ ਇਹਦੇ ਕਿਹੜੇ ਕੋ ਪੈਸੇ ਲੱਗਦੇ ਆ ਹਾਂ ਇਮਾਲੋ ਤੁਸੀਂ ਆਪਦੀ ਗੱਡੀ ਜਾ ਰਹੇ ਹੋ ਕਮ ਸੇ ਕਮ ਇੱਕ ਚੀਜ਼ ਐਸੀ ਲੱਗੇ ਹੋਵੇ ਜਿਹੜੀ ਤੁਹਾਡਾ ਚੰਡੀਗੜ੍ਹ ਤੋਂ ਰੇਂਡਾ ਦਾ ਪਛਾਣ ਦੇ। ਤੇ ਆਵੇਂ ਫੇਰ ਬਦਲੋਗੇ ਫੇਰ ਦੂਜਾ ਲਾਓਗੇ ਕਾਦੇ ਲਈ। ਸਹੀ ਗੱਲ ਐ। ਯਾਰ ਸਭ ਆਪਰ ਜਾਂਦਾ ਕਿ ਮਰੀ ਬੰਦਾ ਗੇ ਧਿਆਨ ਨਾ ਹੋ ਜਾਂਦਾ ਟ੍ਰੈਫਿਕ ਇੰਨੀ ਜ਼ਿਆਦਾ। ਜੀ ਜੀ ਜੀ। ਇੱਕ ਲੱਗਿਆ ਰਹੇ ਚੰਗਾ ਹੈ। ਦਾਗ ਲਗਾ ਦਾ ਚਲੋ ਫੇਰ ਘੰਟਾ ਵਧੀਆ ਲੰਘ ਜਾਊਗਾ। ਅੱਛਾ ਇਹ ਵੀ ਐਕਸਪੈਰੀਮੈਂਟ ਦੇ ਵਿੱਚ ਆਉਂਦਾ ਤੁਹਾਡਾ ਮੇਰੇ ਖਿਆਲ ਦੇ ਵਿੱਚ ਕਿਉਂਕਿ ਨਹੀਂ ਤਾਂ ਬੰਦਾ ਸੋਦਾ ਯਾਰ 3-4 ਮਿੰਟ ਦਾ ਇਹ ਗਾਣਾ ਕੱਢੋ ਆ ਚੱਲੂਗਾ। ਸ਼ੋਅ ਮਿਲਣਗੇ ਤੇ ਗੱਲ ਖ ਵੀ ਇੱਕ ਹੋਰ ਗਾਣਾ ਸ਼ਾਇਦ ਇਹਦੇ ਨਾਲ ਹੀ ਸੰਤੁਸ਼ਟ ਹੋਣਗੇ ਅਗਲੇ ਨਾਲ ਜੋਗਿਆ ਦਾ ਮੰਤਬ ਕਹੀ ਸੀ ਲਿਖਣ ਦੇ ਹਾਂਜੀ ਸੋ ਜੋਗਿਆ ਦਾ ਅਸੀਂ ਮੰਤਬ ਕਿ ਜੇ ਗਾਉਣ ਵਾਲਿਆਂ ਦੇ ਕਹੇ ਤੋਂ ਹਾਂਜੀ ਲੋਕ ਨਸ਼ਾ ਛੱਡ ਸਕਦੇ ਆਂ ਹਾਂਜੀ ਜਾਂ ਉਹ ਇਹ ਇਹਨੂੰ ਤਲਾ ਇਹ ਤੋਂ ਮੁਕਤੀ ਮਿਲ ਸਕਦੀ ਹੈ ਕਿਸੇ ਨੂੰ ਹਾਂ ਤਾਂ ਮੈਂ ਜੋਗਿਆ ਕਰਦਾ ਤੇ ਮੈਂ ਮੈਂ ਤੁਹਾਡੇ ਜ਼ਰੀਏ ਸੁਨੇਹਾ ਵੀ ਦਿੰਨਾ ਹਾਂ ਹਾਂਜੀ ਕਿ ਜੇ ਸੱਚੀ ਕੋਈ ਸ਼ਰਾਬ ਪੀਣ ਵਾਲਾ ਇਸ ਗਾਣੇ ਨੂੰ ਸੁਣਨ ਤੋਂ ਬਾਅਦ ਉਹਨੂੰ ਲੱਗੇ ਕਿ ਯਾਰ ਇਹ ਚੰਗੇ ਸ਼ਬਦ ਹੈ ਬਿਲਕੁਲ ਇਬਾਦਤ ਦੀਆਂ ਗੱਲਾਂ ਆ ਵੀ ਮੈਸ਼ਰ ਆਵਛਰ ਨਹੀਂ ਮੈਨੂੰ ਜ਼ਰੂਰ ਮਿਲ ਕੇ ਜਾਣਾ ਮੈਂ ਇੱਕ ਫੋਟੋ ਖਿਚਾਉਂਗਾ ਜਿਸ ਗਾਣੇ ਨਾਲ ਸੁਧਾਰ ਹੁੰਦਾ ਤਾਂ ਇਹ ਜੇ ਤਾਂ ਮੈਂ 1000 ਲਿਖ ਦਮ ਫਿਰ ਅਸੀਂ ਹੋਰ ਵੀ ਕੱਢ ਸਕਦੇ ਹਾਂ ਤਾਂ ਮੈਂ ਕਹਿੰਦਾ ਰੋਜ਼ ਇੱਕ ਕਰਦਿਆ ਕਰਾਂਗੇ ਕੀ ਬਾਤ ਜੇ ਆਪਾਂ ਨੂੰ ਲੱਗਦਾ ਕਿ ਪੰਜਾਬ ਦੇ ਨਸ਼ੇ ਗਾਉਣ ਵਾਲੇ ਮਕਾ ਸਕਦੇ ਜੀ ਮੈਨੂੰ ਲੱਗਦਾ ਨਹੀਂ ਕਿ ਗਾਉਣ ਵਾਲਿਆਂ ਦੀ ਇੰਨੀ ਕਾਬਲੀਅਤ ਹੈ ਕਿ ਲੋਕ ਉਹਨਾਂ ਦੇ ਆਖੇ दारू ਛੱਡ ਦੇਣ ਪਰ ਜੋ ਛੱਡਦੇ ਆ ਤਾਂ ਮੈਂ ਤਾਂ ਰੋਜ਼ ਕਰਦਿਆ ਕਰੂੰਗਾ ਵਾਕਿਆ ਜੇ ਤੁਸੀਂ ਉਂਗਲੀ ਚੱਕ ਸਕਦੇ ਹੋ ਤਾਂ ਉਹਨੂੰ ਗੱਲ ਨੂੰ ਸੁਣੋ ਵੀ ਸਮਝੋ ਵੀ ਕਿਉਂਕਿ ਜਦੋਂ ਗਾਉਣ ਵਾਲੇ ਬੇਸਿਕਲੀ ਕਮੈਂਟ ਕਰਨ ਵਾਲਾ ਵੀ ਪੰਜਾਬੀ ਆ ਹਾਂਜੀ ਮੈਂ ਵੀ ਤਾਂ ਪੰਜਾਬੀ ਆ ਬਿਲਕੁਲ ਜਿਸ ਪਿੰਡ ਚ ਤੁਸੀਂ ਜਮੇ ਉੱਥੇ ਮੈਂ ਜਮਿਆ ਜੀ ਜਿੰਨੇ ਤੁਸੀਂ ਆੜਬੋਨੇ ਮੈਂ ਆੜਬਾ ਜੀ ਤੂੰ ਕਦੇ ਕਦੇ ਰੰਜ ਆਉਂਦਾ ਕਿ ਯਾਰ ਆਪਾਂ ਵੀ ਤਾਂ ਇਸ ਸਮਾਜ ਦੇ ਹਿੱਸਾ ਹਿੱਸਾ ਹੀ ਆ ਗੋਣਾਂ ਨੂੰ ਸਾਈਡ ਤੇ ਕਿਉਂ ਕੱਢ ਦਿੰਦੇ ਆਂ ਜੀ ਜੀ ਗੋਣਾਂ ਨਾਲ ਤਾਂ ਬਾਅਦ ਚ ਹੈ ਪਹਿਲਾਂ ਤਾਂ ਆਪਾਂ ਆਮ ਪਿੰਡੂ ਆ ਬਿਲਕੁਲ ਫੂ ਇਸ ਨਜ਼ਰੀਏ ਨਾਲ ਇਹ ਗਾਣਾ ਲਿਖਿਆ ਕਿ ਜਿੰਨੇ ਵੀ ਬੰਦੇ ਇਸ ਗਾਣੇ ਤੋਂ ਬਾਅਦ ਕੋਈ ਨਸ਼ੇ ਨੂੰ ਦੰਦਾ ਵਾਕਿ ਪ੍ਰਮੋਟ ਕਰਦੇ ਨਸ਼ੇ ਨੂੰ ਮਤਲਬ ਯੂਜ਼ ਕਰਦੇ ਆਪਾਂ ਦੇਖਿਆ ਮੋਲ ਜੇ ਛੱਡ ਸਕਦੇ ਹੋ ਤਾਂ ਅਸੀਂ ਹੋਰ ਗਾਣੇ ਲਿਖਣ ਲਈ ਬੱਬੂ ਭਾਈ ਹੋਰ ਗਾਣੇ ਲਿਖਣ ਲਈ ਤਿਆਰ ਹਾਂ ਜਿੰਨੇ ਮਰਜ਼ੀ ਸ਼ਾਹ ਜੀ ਦੋਖ ਲੈਣਾ ਮੈਂ ਚਾਹੁੰਦਾ ਕਿ ਆ ਸੈਗਮੈਂਟ ਵੀ ਜਾ ਰਿਹਾ ਆਪਣਾ ਖਤਮ ਹੋ ਰਿਹਾ ਦੋਖ ਲੈਣਾ ਜੋਗਿਆ ਦੀਆਂ ਅੱਛਾ ਹਾਂਜੀ ਜ਼ਰੂਰ ਚੱਲ ਪੰਜਾਬਿਆ ਦਾਗ ਮਥੇ ਤੂੰ ਚੱਲ ਨਸ਼ੇ ਦਾ ਲਾ ਦੇ ਜੀ ਨੂੰ ਮਨ ਦਾ ਰਬ ਉਹਦੇ ਚਰਨਾਂ ਵਿੱਚ ਜਾ ਸੌ ਪਾ ਦੇ ਥਾਪੀ ਮਾਰ ਕੇ ਪਾ ਦੇ ਕੋਡੀ ਤਾੜੀ ਮਾਰੂ ਹੂਰ ਜੋਗਿਆ ਕਿਸੇ ਦਾ ਸਾਈ ਬਸੇ ਨਕੋਦਰ ਕਿਸੇ ਦਾ ਬਸੇ ਕਸੂਰ ਜੋਗਿਆ ਕਿਸੇ ਦਾ ਵਸਦਾ ਨੇੜੇ ਨੇੜੇ ਕਿਸੇ ਦਾ ਵਸਦਾ ਦੂਰ ਜੋਗਿਆ